ਜੀ ਇਹ ਨਾਲ ਨਾਲ ਪ੍ਰੋਫੈਸਰ ਮੈਨੂੰ ਇਹ ਦੱਸ ਦੇਣਾ ਕਿ ਕਿਉਂਕਿ ਸਾਡੇ ਕੋਲ ਵੀ ਦਸਮ ਗ੍ਰੰਥ ਜਿਹੜਾ ਹੈ ਉਸ ਦੀ ਕਾਪੀ ਇੱਥੇ ਸ਼ਿਸ਼ੋਭਤ ਹੈ ਮੇਰੇ ਕੋਲ ਸਟੂਡੀਓ ਦੇ ਵਿੱਚ, ਚਰਿੱਤਰ ਦਾ ਹਿੱਸਾ ਹੈ 20ਵੇਂ 21ਵੇਂ 21ਵੇਂ ਚਰਿੱਤਰ ਦਾ ਜੀ। ਜਿੱਥੇ ਲਫ਼ਜ਼ ਨੇ ਅੱਗੇ ਉਹਨਾਂ ਤੋਂ ਅਰਥ ਨਾਲ ਨਾਲ ਦੱਸ ਦਿੰਦਾ, ਜਿਹੜੇ ਅਰਥ ਵੀ ਕੀਤੇ ਹੋਏ ਨੇ ਡਾਕਟਰ ਜੋਤ ਸਿੰਘ ਦੇ। ਨਹੀਂ ਇਹ ਡਾਕਟਰ ਜੈ ਜੋਤ ਰਾਜਾ, ਜੈ ਰਾਜਾ ਭਗਵਤੀ ਤਪਸ਼ਵੀ ਕਾ ਭੇਸ ਬਣਾ ਕਰ ਮਨ ਮੇਂ ਭਗਵਤੀ ਕੀ ਦਾ ਸਿਮਰਨ ਕਰਤਾ ਹੁਆ ਚਲਾ, ਯਹ ਤਪਸ਼ਵੀ ਯਹ ਚਲਤਾ ਹੀ ਚਲਾ ਗਿਆ ਔਰ ਇਸ ਪ੍ਰਕਾਰ ਬਿਨਾ ਮੁੜੇ ਯਹ ਇਸਤਰੀ ਕੇ ਨਿਵਾਸ ਮੇਂ ਆ ਪਹੁੰਚਾ। ਪ੍ਰਸ਼ਵ ਇਹ ਜਿਹੜਾ ਭੜੂਆ ਸ਼ਬਦ ਹੈ ਤੇ ਵੇਸਵਾ ਸ਼ਬਦ ਹੈ ਇਹ ਓਰਿਜਿਨਲ ਦਸਮ ਗ੍ਰੰਥ ਦੇ ਵਿੱਚ ਉਕਰਿਆ ਹੋਇਆ ਕਿਤੇ? ਮੈਨੂੰ ਇੱਕ ਮਿੰਟ ਬਿਲਕੁਲ ਸੁਣ ਲਓ ਨਾ, ਜੀ ਇੱਥੇ ਸੁਣ ਲਓ ਜਿਹੜੇ ਲਫ਼ਜ਼ ਨੇ ਉਹਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ ਜੀ, ਕਿਉਂਕਿ ਵੇਸਵਾ ਦੇ ਨਜਾਇਜ਼ ਸੰਬੰਧਾਂ ਨਾਲ ਜਿਹੜੀ ਸੰਤਾਨ ਵੀ ਹੁੰਦੀ ਹੈ, ਜੀ ਜੇ ਪੁੱਤਰ ਹੁੰਦਾ ਤਾਂ ਉਹ ਉਹਨਾਂ ਦੀ ਉਸ ਭਾਸ਼ਾ ਵਿੱਚ ਭੜੂਆ ਆਖਦੇ ਨੇ, ਜੀ ਜੀ ਜੇ ਧੀ ਹੁੰਦੀ ਹੈ ਤੇ ਉਹ ਤੋਂ ਕੰਮ ਬਸ ਵੱਖਰੇ ਵੱਖਰੇ ਨੇ ਜੀ, ਜਿਹੜੀ ਧੀ ਹੁੰਦੀ ਹੈ ਉਹ ਵੇਸਵਾ ਬਣ ਜਾਂਦੀ ਹੈ, ਜੀ ਵੇਸਵਾ ਦੇ ਘਰ ਜਾਂਦੀ ਹੈ ਦੇਖੋ ਵਾਲੀ। ਪਰ ਸਾਹਿਬ ਪੁੱਤਰ ਹੁੰਦਾ, ਇੱਕ ਮਿੰਟ ਸੁਣ ਲਓ ਹੁਣ ਵਹੀ ਗੱਲ ਕੰਪਲੀਟ ਹੋਣ ਦਿਓ, ਜੀ ਜਿਹੜਾ ਜੇ ਪੁੱਤਰ ਹੁੰਦਾ ਹੈ ਤਾਂ ਉਹ ਫਿਰ ਵੇਸਵਾ ਤਾਂ ਬਣ ਨਹੀਂ ਸਕਦਾ, ਫਿਰ ਉਹ ਵੇਸਵਾਵਾਂ ਦਾ ਦਲਾਲ ਜਿਹਨੂੰ ਭੜੂਆ ਆਖਦੇ ਨੇ ਉਹ ਜੀ ਬਣਦਾ, ਉਹ ਉਸ ਗਲਤ ਔਰਤ ਦਾ ਜਾਂ ਗਲਤ ਕੰਮਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਉੱਥੇ ਲਿਆ ਕੇ ਉਸ ਔਰਤ ਵੇਸਵਾ ਨਾਲ ਸੰਬੰਧ ਕਾਇਮ ਕਰਾਉਂਦਾ, ਉਹਨੂੰ ਉਹ ਭਾਂਡ ਆਖਦੇ ਨੇ। ਅੱਜ ਸਾਡੀ ਆਮ ਬੋਲੀ ਵਿੱਚ ਵੀ ਸਾਡੇ ਲਫ਼ਜ਼ ਨੂੰ ਭਾਂਡ ਹੀ ਆਖਦੇ ਨੇ, ਲਫ਼ਜ਼ ਕਹੇ ਵੀ ਨਿਰਾ ਭਾਂਡ ਹੈ। ਪ੍ਰੋਫੈਸਰ ਇੱਕ ਛੋਟਾ ਛੋਟਾ ਜਿਹਾ ਸਵਾਲ ਹੈ, ਮੈਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਆਪਣਾ ਮਕਸਦ ਭੜੂਏ ਦੀ ਪਰਿਭਾਸ਼ਾ ਦੇਣਾ ਜਾਂ ਵੇਸਵਾ ਦੀ ਪਰਿਭਾਸ਼ਾ ਦੇਣਾ ਨਹੀਂ, ਆਪਣਾ ਤੇ ਇਹ ਮਤਲਬ ਹੈ ਕਿ ਓਰਿਜਿਨਲ ਦਸਮ ਗ੍ਰੰਥ ਦੇ ਵਿੱਚ ਇਹ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਪਰੀ, ਵੇਸਵਾ ਦੇ ਅੱਡੇ ਤੇ ਜਾਣਾ, ਵੇਸਵਾ ਦਾ ਜ਼ਿਕਰ ਜਾਂ ਭੜੂਏ ਦਾ? ਅਸੀਂ ਨਹੀਂ ਕਹਿੰਦੇ, ਹਾਂਜੀ ਅਸੀਂ ਤਾਂ ਬਲਕਿ ਇਹ ਕਰ ਰਹੇ ਹਾਂ ਵੀ ਇਹ ਇਸ ਗ੍ਰੰਥ ਨੂੰ ਅਸੀਂ ਮਾਨਤਾ ਹੀ ਨਹੀਂ ਦਿੰਦੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਹੀ ਨਹੀਂ, ਗੁਰੂ ਸਾਹਿਬ ਦੇ ਨਾਲ ਇਹ ਕਹਾਣੀਆਂ ਵਾਪਰੀਆਂ ਹੀ ਨਹੀਂ। ਨਹੀਂ ਨਹੀਂ ਜਿਹੜੀ ਵਾਪਰੀ ਜਿਹੜੇ ਮੈਂ ਮੰਨਦਾ ਤੁਸੀਂ ਕਹਿੰਦੇ ਵੀ ਇਹ ਅਸੀਂ ਇਹਨੂੰ ਮਾਨਤਾ, ਅਸੀਂ ਕਹਿੰਦੇ ਵੀ ਇਹ ਗੁਰੂ ਜੀ ਨਾਲ ਨਹੀਂ ਵਾਪਰ ਸਕਦੀ, ਪਰ ਮਸਲਾ ਇਸ ਗੱਲ ਦਾ ਵੀ ਜਿਹੜੀ ਗੱਲ ਐਕਸਪਲੇਨ ਹੋਈ ਹੈ, ਜਿਹੜੀ ਗੱਲ ਮਤਲਬ ਕਹੀ ਗਈ ਹੈ ਉਹ ਓਰਿਜਿਨਲ ਦਸਮ ਗ੍ਰੰਥ ਦੇ ਵਿੱਚ ਹੈ, ਜਾਂ ਤੁਸੀਂ ਇਹ ਕਹਿੰਦੇ ਆ ਕਿ ਭਾਈ ਜੋਤ ਸਿੰਘ ਵੱਲੋਂ ਕੀਤੇ ਹੋਏ ਹਿੰਦੀ ਦੇ ਵਿੱਚ ਅਨੁਵਾਦ ਦੇ ਵਿੱਚ ਹੈ? ਓਰਿਜਿਨਲ ਦਸਮ ਗ੍ਰੰਥ ਵਿੱਚ ਹੈ, ਮੈਂ ਤੁਹਾਨੂੰ ਲਫ਼ਜ਼ ਸੁਣਾਉਣ ਲੱਗੇ ਲਿਖਦਾ, ਪੂਤ ਹੋਏ ਤਾਂ ਭਾਂਡ ਪੈ, ਸੁਤਾ ਤੋਂ ਬੇਸਵਾ ਹੋਏ, ਭੋਗ ਕਰੇ ਭਾਜਿਤ ਧਰਮ, ਭੱਜੇ ਬਧਾਵਤ ਸੋਏ ਜੀ। ਤੇ ਉਹ ਸੁਣੋ ਤੁਮ ਬਾਤ ਪਿਆਰੀ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਜਿਵੇਂ ਇਹ ਕਹਿੰਦੇ ਨੇ ਕਿ ਉਹਨਾਂ ਦੀ ਰਚਨਾ ਹੈ, ਹਾਂਜੀ ਤਾਂ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਬਾਰ ਬਾਰ, ਬਲਕਿ ਮੈਂ ਤਾਂ ਇਸ ਗੱਲ ਨੂੰ ਮਹਿਸੂਸ ਕਰਨਾ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਲ ਇਹ ਗੱਲਾਂ ਨਹੀਂ ਜੋੜਨੀਆਂ ਚਾਹੀਦੀਆਂ, ਸਾਡੀ ਬਦਕਿਸਮਤੀ ਕਿ ਇਹ ਲੋਕ ਖੜੇ ਹੋ ਗਏ ਜਿਨ੍ਹਾਂ ਨੇ ਇਸ ਦਸਮ ਗ੍ਰੰਥ ਦੀਆਂ ਇਹਨਾਂ ਗੱਲਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜੋੜਿਆ ਤੇ ਸਾਨੂੰ ਉਵੇਂ ਸੁਣਾਉਣੀਆਂ ਪਈਆਂ। ਹਾਂਜੀ ਭਾਈ ਸਾਹਿਬ ਦੇਖੋ ਮੈਂ ਇਹ ਗੱਲ ਕਹਿੰਦਾ ਕਿ ਸਿਰਫ ਤੇ ਸਿਰਫ ਉਹ ਜਿਹੜੀ ਗੱਲ ਉੱਥੇ ਕਹੀ ਗਈ ਹੈ ਅਸੀਂ ਉਸ ਗੱਲ ਨੂੰ ਹੀ ਧੁਰਾ ਮੰਨਣਾ, ਅਸੀਂ ਦਸਮ ਗ੍ਰੰਥ ਦੇ ਹੋਰ ਕਿਸੇ ਵੀ ਹਿੱਸੇ ਦੀ ਗੱਲ ਨਹੀਂ ਕਰਨੀ। ਕੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਵੇਸਵਾ ਦੇ ਡੇਰੇ ਤੇ ਗਏ? ਕੀ ਓਰਿਜਿਨਲ ਦਸਮ ਗ੍ਰੰਥ ਦੇ ਵਿੱਚ ਵੇਸਵਾ ਦਾ ਜ਼ਿਕਰ ਹੈ ਔਰ 99ਵੇਂ ਪੰਨੇ ਤੇ ਹੈ? ਔਰ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਬੜੇ ਸਤਿਕਾਰ ਤੇ ਅਦਬ ਦੇ ਨਾਲ ਤੁਸੀਂ ਸਾਰੀਆਂ ਸ਼ਖਸੀਅਤਾਂ ਨੂੰ ਮੈਂ ਕੁਛ ਤੁਸੀਂ ਅਲਫਾਜ਼ ਜਿਹੜੇ ਹੈ ਇਸ ਗੱਲ ਦੇ ਉੱਤੇ ਮੈਂ ਕਹਾਂਗਾ ਕਿ ਗੁਰਚਰਨਜੀਤ ਸਿੰਘ ਲਾਂਬਾ ਹੋਰਾਂ ਦੇ ਨਾਲ ਤੁਸੀਂ ਆਪਣਾ ਸੰਵਾਦ ਕਰੋ। ਮੈਂ ਮਾਈਕ ਸਾਹ ਗੁਰਚਰਨਜੀਤ ਸਿੰਘ ਲਾਂਬਾ ਹੋਰਾਂ ਵੱਲੋਂ ਕਰ ਰਿਹਾ, ਫਤਿਹ ਸਾਂਝੀ ਕਰਕੇ ਉਸ ਤੋਂ ਬਾਅਦ ਇਸ ਗੱਲ ਦੀ ਕਲੈਰੀਫਿਕੇਸ਼ਨ ਕਰੋ ਜੀ।
ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੈਂਚੀ ਮੇਰੇ ਕੋਲ ਵੀ ਪਈ ਹੈ ਔਰ ਇਹ ਚਰਿੱਤਰੋਪਾਖਿਆਨ ਦਾ ਜਿਹੜਾ ਤੁਸੀਂ 21-22-23 ਚਰਿੱਤਰ ਦਾ ਜ਼ਿਕਰ ਕਰ ਰਹੇ ਹੋ, ਸਾਹਿਤ ਦੇ ਸਮਝਣ ਵਾਲਿਆਂ ਨੂੰ ਮੁੱਢਲੀ ਚੀਜ਼ ਦੀ ਜਾਣਕਾਰੀ ਹੁੰਦੀ ਹੈ। ਪਾਖਿਆਨ ਦਾ ਅਰਥ ਹੁੰਦਾ ਹੈ ਪਹਿਲੇ ਕਹੀ ਜਾ ਚੁੱਕੀ ਕਹਾਣੀ, ਔਰ ਇਹ ਜਿਹੜੀ ਕਹਾਣੀ ਮੰਤਰੀ ਭੂਪਤ ਸੰਵਾਦ ਦੇ ਵਿੱਚ ਹੈ, ਮੰਤਰੀ ਨੇ ਰਾਜੇ ਨੂੰ ਕਹਾਣੀ ਸੁਣਾਈ ਜਿਹੜੀ ਇੱਕ ਸਾਹਿਤਕ ਰਚਨਾ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਕੌਮ ਦੇ, ਮੈਨੂੰ ਬੋਲ ਲੈਣ ਦਿਓ, ਉਹਦੇ ਬਾਅਦ ਆਪ ਜੋ ਕਹੋਗੇ ਮੈਂ ਤੁਹਾਡੀ ਸਾਰੀ ਗੱਲ ਸੁਣਾਂਗਾ। ਪ੍ਰੋਫੈਸਰ ਸਾਹਿਬ ਜਿਹੜਾ ਵਿਸ਼ਾ ਹੈ 21-22-23 ਮੇਰੀ ਨਿੱਜੀ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਕਿਵੇਂ ਹੋਈ? ਨਹੀਂ ਨਹੀਂ ਮੈਂ ਨਹੀਂ ਕਹਿ ਰਿਹਾ, ਮੈਂ ਆਪਾਂ ਕਿਸੇ ਗੱਲ ਤੇ ਹੋਰ ਨਹੀਂ ਕਰ ਰਹੇ, ਇਸ ਦੇ ਕਰਤਿਤਵ ਤੇ। ਪ੍ਰੋਫੈਸਰ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ ਲਓ, ਜਿਸ ਕਿਤਾਬ ਦੇ ਵਿੱਚ, ਜਿਸ ਗ੍ਰੰਥ ਦੇ ਵਿੱਚ, ਜਿਸ ਵੀ ਜਗ੍ਹਾ ਦੇ ਉੱਤੇ, ਜਿਸ ਮੂੰਹ ਦੇ ਵਿੱਚੋਂ ਇਹ ਲਫ਼ਜ਼ ਨਿਕਲੇ ਕਿ ਗੁਰੂ ਗੋਬਿੰਦ ਸਿੰਘ ਕਿਸੇ ਵੇਸ਼ਵਾ ਦੇ ਡੇਰੇ ਤੇ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸਾਰੀ ਰਾਤ ਜਾਗ ਕੇ ਭਾਈ ਜੋਗਾ ਸਿੰਘ ਦੇ ਬਿਰਧ ਮਾਣੇ ਦੀ ਲਾਜ ਰੱਖਣ ਲਈ ਵੇਸਵਾ ਦੇ ਬਾਹਰ ਖੜੇ ਰਹੇ, ਉਹਨੂੰ ਅੰਦਰ ਨਹੀਂ ਵੜਨ ਦਿੱਤਾ, ਜਿਹੜੇ ਗੁਰੂ ਸਾਹਿਬ ਇਤਨੀ ਦ੍ਰਿੜਤਾ ਨਾਲ ਉਹ ਹਰ ਚੀਜ਼ ਨੂੰ ਕਰਦੇ ਰਹੇ। ਔਰ ਇਸ ਜਿਹੜੀ ਕਹਾਣੀ, ਜਿਹੜੀ ਮੰਤਰੀ ਭੂਪਤ ਸੰਵਾਦ ਸਾਹਿਤਕ ਰਚਨਾ, ਜਿਸ ਨੂੰ ਪੰਥ ਦੇ ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ, ਜਿਹਨਾਂ ਦੀ ਵਿਦਵਤਾ ਦੇ ਉੱਤੇ ਕਿਸੇ ਨੇ ਅੱਜ ਤੱਕ ਉਂਗਲ ਨਹੀਂ ਚੁੱਕੀ, ਉਹਨਾਂ ਨੇ ਵੀ ਲਿਖਿਆ ਇਹ ਕਹਾਣੀ ਰਿਗਵੇਦ ਦੇ ਵਿੱਚ ਹੈ, ਇਸ ਦਾ ਬੀਜ ਸੂਤਰ 8ਵੀਂ ਸਦੀ ਦੀ ਰਚਨਾ ਲੈਲਾ ਦੇ ਵਿੱਚ ਹੈ। ਜਿਹੜੇ ਤੁਸੀਂ ਕੋਟ ਕਰ ਰਹੇ ਹੋ, ਜਿਹੜੇ ਜੋਤ ਸਿੰਘ ਦੇ, ਉਹ ਵੀ ਲਿਖ ਰਹੇ ਹਨ ਕਿ ਇਹ ਰਾਏ ਦੇ ਭਰਾ ਨੂੰ ਫੜ ਕੇ ਕੁੱਟਿਆ, ਉਹਦੀ ਦਾੜੀ ਪੁੱਟੀ। ਡਾਕਟਰ ਜਿਹੜੇ ਰਤਨ ਸਿੰਘ ਜੱਗੀ ਹਨ, ਉਹ ਵੀ ਕਹਿ ਰਹੇ ਹਨ। ਮੈਂ ਇੱਕ ਆਪਣੀ ਗੱਲ ਜ਼ਰੂਰ ਕਹਿਣੀ ਚਾਹਾਂਗਾ, ਜਿਸ ਕਿਤਾਬ ਦੇ ਵਿੱਚ, ਜਿਸ ਗ੍ਰੰਥ ਦੇ ਵਿੱਚ, ਜਿਸ ਮੂੰਹ ਦੇ ਵਿੱਚ ਇਹ ਲਿਖਿਆ ਹੋਏ, ਗੁਰੂ ਗੋਬਿੰਦ ਸਿੰਘ ਵੇਸ਼ਿਆ ਦੇ ਗਏ ਔਰ ਉਹਨਾਂ ਨੇ ਕਿਹਾ ਭੜੂਆ ਪੈਦਾ ਹੋਏਗਾ, ਉਹ ਮੂੰਹ ਸਾੜ ਦੇਣ ਦੇ ਯੋਗ ਹੈ, ਉਹ ਜਿਹੜੀ ਕਿਤਾਬ ਸਾੜ ਦੇਣ ਦੇ ਯੋਗ ਹੈ, ਉਹ ਸਾਰੀ ਚੀਜ਼ ਇੱਕਦਮ, ਐਂਡ ਮੈਂ ਉਹਦੇ ਲਈ ਪੂਰੀ ਤਰ੍ਹਾਂ ਸਹਿਮਤ ਹੋਵਾਂਗਾ। ਪਰ ਸਵਾਲ ਸਿਰਫ ਇਹ ਹੈ ਕਿ ਆਪ ਨੇ ਇਹ ਕਿਹਾ ਦਸਮ ਗ੍ਰੰਥ ਦੇ ਵਿੱਚ ਇਹ ਲਾਈਨਾਂ ਹੈ, ਗੁਰੂ ਗੋਬਿੰਦ ਸਿੰਘ ਦੀ ਦਾੜੀ ਫੜੀ, ਇਹਦੇ ਵਿੱਚ ਸਾਫ ਲਿਖਿਆ ਹੈ ਦੋਹਰਾ, ਆਗੇ ਪਾਛੇ ਦਾਹਨੇ ਘੇਰ ਦੱਸੋ ਦਿਸਲੀਨ, ਉਹ ਕਹਾਣੀ ਦੇ ਵਿੱਚ ਰਾਏ ਨੇ, ਉਸ ਰਾਏ ਦੀ ਗੱਲ ਹੈ, ਪੈਂਡ ਭਜਨ ਕੋ ਨਾ ਰਿਹੋ ਰਾਏ ਯਤਨ ਯਕੀਨ, ਉਸ ਰਾਏ ਨੇ ਫਿਰ ਇੱਦਾਂ ਯਤਨ ਕੀਤਾ, ਵਾਹ ਕੀ ਤੁਸੀਂ ਗ੍ਰੰਥ ਰਹੇ ਹੋ ਰਾਗੀ, ਵਾਹ ਕੀ ਉਹੀ ਸ਼ਬਦ ਹੈ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਵਾਕਾ ਲੜਕਾ ਮਾਰਿਆ ਥਾ ਉਸਦਾ, ਵਾਹ ਕੀ ਕਰਦਾਰੀ ਦਰੀ ਪਗੀਆ ਲਈ ਉਤਾਰ, ਚੋਰ ਚੋਰ ਕਰਤਰੇ ਗਿਓ, ਦੁਐਕ ਮੁਤਹਿਰੀ ਚਾਰ ਲਗੇ ਮੁਤਹਿਰੀ ਕੇ ਗਿਰਿਓ, ਬੂਮ ਮੁਰਛ ਨਾ ਖਾਏ ਬੇਦ ਨਾ ਕਾਹੂ ਨਰ ਲਿਓ, ਮੁਸਕੇ ਲਈ ਚੜਾਏ ਲਾਤ ਮੁਸਟ ਬਾਜਨ ਲਗੀ ਸਿੱਖੇ ਪਹੁੰਚੇ ਆਏ, ਭਰਾਤ ਭਰਾਤ ਤ੍ਰੀ ਕਰ ਰਹੀ ਕਉ ਨ ਸਕਿਓ ਛੁਰਾਏ, ਜੂਤੀ ਬਹੁਤ ਹੈ ਮੂੰਡ ਲਗਾਈ ਮੁਸਕੇ ਤਾਂ ਕਿ ਐਂਠ ਚੜਾਈ, ਬੰਦ ਸਾਲ ਤੇ ਦੀਆ ਪਠਾਈ ਆਣ ਆਪਣੀ ਸੇਜ। ਇੱਕ ਮਿੰਟ ਸਾਹਿਬ, ਜਿਹੜੀ ਗੱਲ ਤੁਹਾਡੀ ਮੈਂ ਦੱਸ ਰਿਹਾ ਇਹਦੇ ਵਿੱਚ ਲਿਖ ਰਿਹਾ, ਉਹ ਰਾਏ ਨੇ ਉਸ ਔਰਤ ਦੇ ਭਰਾ ਨੂੰ ਫੜ ਕੇ ਦੋ ਡੰਡੇ ਲਾ ਕੇ ਉਹਨੂੰ ਜੁੱਤੀਆਂ ਮਾਰੀਆਂ ਔਰ ਉਸਨੂੰ ਕੁੱਟਿਆ, ਔਰ ਪਬਲਿਕ ਨੇ ਉਹਨੂੰ ਕਰਕੇ ਕੁੱਟ ਦਿੱਤਾ, ਔਰ ਰਾਜਾ ਇਸ ਤਰੀਕੇ ਦੇ ਨਾਲ
ਉਸ ਨੂੰ ਬੰਦੀ ਖਾਨੇ ਭਿਜਵਾ ਕੇ ਤੇ ਆਪ ਉਹ ਵਾਪਸ ਆ ਗਿਆ ਔਰ ਉਸਨੇ ਉਸ ਉਹਦੇ ਭਰਾ ਨੂੰ ਜੇਲ੍ਹ ਵਿੱਚ ਭਿਜਵਾਇਆ। ਕਿਹੜੇ ਗ੍ਰੰਥ ਵਿੱਚ ਲਿਖਿਆ ਕਿ ਗੁਰੂ ਸਾਹਿਬ ਨੂੰ ਜੁੱਤੀਆਂ ਮਾਰੀਆਂ ਔਰ ਜਿਹੜੀ ਤੁਸੀਂ ਆਪਣੀ ਦਾੜੀ ਪਕੜ ਕੇ ਘੁਮਾਈ ਸੀ ਉੱਥੇ, ਉਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਦੀ ਦਾੜੀ ਫੜ ਕੇ ਘੁਮਾਈ ਗਈ ਔਰ ਜੁੱਤੀਆਂ ਦੀ ਵਰਤੋਂ ਕੀਤੀ ਗਈ? ਤੁਸੀਂ ਅਗਰ ਇਹ ਜਵਾਬ ਤੁਹਾਨੂੰ ਦੇਣਾ ਚਾਹੀਦਾ ਔਰ ਦੇਣਾ ਪਏਗਾ ਇਸ ਪੰਥ ਨੂੰ ਕਿ ਇਹ ਲਾਈਨਾਂ ਦਸਮ ਗ੍ਰੰਥ ਦੇ ਵਿੱਚ ਕਿੱਥੇ ਲਿਖੀਆਂ, ਸਾਰੇ ਦਸਮ ਗ੍ਰੰਥ ਦੇ ਟੀਕਿਆਂ 'ਚ ਹੈ। ਤੁਹਾਡੇ ਜਿਹਦਾ ਰੈਫਰੈਂਸ ਦੇ ਰਹੇ ਹੋ ਡਾਕਟਰ ਜੋਤ ਸਿੰਘ, ਉਹ ਵੀ ਕਹਿ ਰਹੇ ਹੈ ਕਿ ਉਸਦੇ ਔਰਤ ਦੇ ਭਰਾ ਨੂੰ ਕੁੱਟਿਆ, ਉਹਦੇ ਭਰਾ ਦੀ ਜੁੱਤੀਆਂ ਮਾਰੀਆਂ, ਉਹਦੀ ਪੱਗ ਲਾਈ। ਤੁਸੀਂ ਕਹਿ ਰਹੇ ਹੋ ਸੰਗਤ ਦੇ ਵਿੱਚ ਕਹਿ ਰਹੇ ਹੋ ਕਿ ਉਹਦੇ ਭਰਾ ਨੂੰ ਜੁੱਤੀਆਂ ਮਾਰੀਆਂ, ਉਹਦੀ ਦਾੜੀ ਫੜੀ, ਤੁਸੀਂ ਦੱਸੋ, ਤੁੱਕ ਦੱਸੋ, ਇਹ ਸ੍ਰੀ ਦਸਮ ਗ੍ਰੰਥ ਸਾਡੇ ਕੋਲ ਪਿਆ ਕਿੱਥੇ ਹੈ ਜੀ? ਤੁਸੀਂ ਹੁਣ ਦੱਸ ਸਕਦੇ ਹੋ, ਅਸੀਂ ਤੁਹਾਡੀ ਪੂਰੀ ਗੱਲ ਸੁਣਾਂਗੇ। ਲਾਂਬਾ ਜੀ, ਪਾਸ ਸਾਹਿਬ, ਜਿਵੇਂ ਲਾਂਬਾ ਜੀ ਨੇ ਬੋਲਿਆ, ਹੁਣ ਤੁਸੀਂ ਇਸ ਚੀਜ਼ ਦੀ ਵੀ ਐਕਸਪਲੇਨੇਸ਼ਨ ਦੇ